ਹੈਗੇ ਸੁੱਖ ਨਾਲ ਮਿੱਤਰਾਂ ਦੇ ਯਾਰ ਬੜੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਅੰਗਰੇਜ਼ ਅਲੀ। ਜਿਸ ਤਰ੍ਹਾਂ ਤੁਹਾਨੂੰ ਪਤਾ, ਬਾਬਾ ਰੂੜੀਆ ਸ਼ਾਹ ਜੀ ਦੀ ਸਾਲਾਨਾ ਬਰਸੀ ਹਰੇਕ ਸਾਲ ਮਨਾਈ ਜਾਂਦੀ ਹੈ, ਪਰ ਇਸ ਸਾਲ ਕਰੋਨਾ ਨਾਮ ਦੀ ਬਿਮਾਰੀ ਪੂਰੀ ਦੁਨੀਆ ਦੇ ਵਿੱਚ ਫੈਲੀ ਹੋਈ ਆ, ਇਸ ਕਰਕੇ ਇਸ ਸਾਲ ਇਹ ਮੇਲਾ ਨਹੀਂ ਕਰਵਾਇਆ ਜਾ ਰਿਹਾ। ਅਗਲੇ ਸਾਲ ਆਪਾਂ ਫਿਰ ਰਲ ਮਿਲ ਕੇ ਰੌਣਕਾਂ ਲਾਵਾਂਗੇ। ਤੁਸੀਂ ਵੀ ਦੁਆ ਕਰਿਓ ਪ੍ਰਮਾਤਮਾ ਮੂਹਰੇ ਕਿ ਇਸ ਬਿਮਾਰੀ ਤੋਂ ਜਲਦੀ ਛੁਟਕਾਰਾ ਮਿਲ ਜਾਵੇ ਸਾਰਿਆਂ ਨੂੰ। ਥੈਂਕ ਯੂ ਸੋ ਮਚ ਜੀ। ਇੰਗਲੈਂਡ ਹੋਵੇ ਭਾਵੇਂ ਅਮਰੀਕਾ ਬਈ, ਸਾਡੇ ਜਿਉਣ ਦਾ ਹੈ ਵੱਖਰਾ ਤਰੀਕਾ ਬਈ। ਰੱਬ ਸਦਾ ਰੱਖੇ ਗੁੱਡੀਆਂ ਤਾਂ ਮੁੱਲ ਮੋੜ ਦਿੰਦਾ ਹਰ ਗੱਲ ਦਾ, ਹਰ ਥਾਂ ਤੇ ਮਿੱਤਰਾਂ ਦਾ ਨਾਂ ਉਹ ਡਾਲਰਾਂ ਦੇ ਵਾਂਗ ਚੱਲਦਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਮਨਜੀਤ ਪੱਪੂ। ਕਿਉਂਕਿ ਲੋਕਡਾਊਨ ਚੱਲ ਰਿਹਾ, ਜੋ ਕਿ ਅੱਜ ਕੱਲ੍ਹ ਮਹਾਂਮਾਰੀ ਕਰੋਨਾ ਵਾਇਰਸ ਫੈਲਿਆ ਹੋਇਆ ਹੈ, ਇਸ ਕਰਕੇ ਬਾਬਾ ਰੁਲੀਆ ਜੀ ਦੇ ਹਾਜ਼ਰੀ ਲਾਉਣੀ ਸੀਗੀ ਐਤਕਾ ਮੇਲੇ 'ਤੇ, ਅਤੇ ਨਹੀਂ ਲੱਗ ਸਕੀ। ਘਰ ਬੈਠੇ ਹੀ ਹਾਜ਼ਰੀ ਲਵਾ ਰਹੇ ਹਾਂ। ਬਾਬਾ ਦੀਪਾ ਜੀ ਨੇ ਹੁਕਮ ਕੀਤਾ ਕਿ ਘਰ ਬੈਠੇ ਹੀ ਇੱਕ ਇੱਕ ਸੌਂਗ ਬਾਬਾ ਜੀ ਦੇ ਨਾਮ 'ਤੇ ਹਾਜ਼ਰੀ ਲਵਾਓ, ਅਤੇ ਮੈਂ ਆਸ ਕਰਦਾ ਕਿ ਪਰਮਾਤਮਾ ਆਪਾਂ ਨੂੰ ਇਸ ਬਿਮਾਰੀ ਤੋਂ ਰਾਹਤ ਕਰੂਗਾ, ਅਤੇ ਆਪਾਂ ਫਿਰ ਕਿਤੇ ਮੌਕਾ ਮਿਲਿਆ ਅਤੇ ਪਰਮਾਤਮਾ ਨੇ ਚਾਹਿਆ ਤਾਂ ਹਾਜ਼ਰੀ ਮੇਲੇ 'ਤੇ ਆਣ ਕੇ ਲਵਾਵਾਂਗੇ। ਇੰਨਾ ਹੀ ਮਨਜ਼ੂਰ ਕਰਨਾ। ਜਦ ਕੋਈ ਨਾਰ ਯਾਰ ਨਾਲ ਬੇਵਫਾਈਆਂ ਕਰਦੀ ਏ, ਉਹਦੇ ਵੱਲ ਵੇਖ ਕੇ ਤੇਰਾ ਚੇਤਾ ਆ ਜਾਂਦਾ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਮੈਂ ਤੁਹਾਡਾ ਆਪਣਾ ਮਨਿੰਦਰ ਬਾਠ। ਸੋ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਜੀ, ਜਲੰਧਰ ਵਿਖੇ ਬਾਬਾ ਰੁਲੀਆ ਸ਼ਾਹ ਦੀ ਜਗ੍ਹਾ ਉੱਤੇ ਹਰ ਸਾਲ ਮੇਲਾ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ। ਸੋ ਇਸ ਵਾਰ ਜੈ ਪੀਰਾਂ ਦੀ, ਰਹਿ ਪੀਰਾਂ ਦੀ ਅਤੇ ਕਹਿ ਪੀਰਾਂ ਦੀ। ਕੀ ਹਾਲ ਚਾਲ ਜੀ? ਮੈਂ ਬਿਲਕੁਲ ਠੀਕ ਹਾਂ। ਬੜਾ ਵੱਡਾ ਜਿਹੜਾ ਉਰਸ, ਸਰਕਾਰ ਦਰਬਾਰ, ਬਾਬਾ ਰੁਲੀਆ ਸ਼ਾਹ ਇੰਡਸਟਰੀ ਏਰੀਆ ਜਲੰਧਰ, ਜਿੱਥੇ ਹਰੇਕ ਸਾਲ ਅਸੀਂ ਸੰਗਤਾਂ ਦੀ ਖਿਦਮਤ ਕਰਨ ਵਾਸਤੇ ਪਹੁੰਚਦੇ ਹਾਂ, ਪਰ ਇਸ ਸਾਲ ਆਪਾਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਇਕੱਠੇ ਨਹੀਂ ਹੋ ਸਕਦੇ। ਦੋਸਤੋ, ਇਸ ਸਾਲ ਆਪਾਂ ਮੇਲਾ ਨਹੀਂ ਮਨਾ ਰਹੇ, ਅਤੇ ਆਪਾਂ ਘਰ ਬੈਠੇ ਹੀ ਸਰਕਾਰ ਬਾਬਾ ਰੁਲੀਆ ਸ਼ਾਹ ਨੂੰ ਧਿਆਉਣਾ, ਅਤੇ ਨਾਲ ਨਾਲ ਬਹੁਤ ਬਹੁਤ ਉਹਦੀਆਂ ਸਾਰੀਆਂ ਸੰਗਤਾਂ ਨੂੰ ਵਧਾਈ ਹੋਵੇ, ਖਾਸ ਕਰਕੇ ਸਾਡੇ ਸਿਰਾਂ ਦੇ ਸਰਤਾਜ ਕਲਾਕਾਰਾਂ ਨਾਲ ਪਿਆਰ ਕਰਨ ਵਾਲੇ ਬਹੁਤ ਹੀ ਸਤਿਕਾਰਯੋਗ ਦੀਪਾ ਸਾਈ ਜੀ ਔਰ MC ਸਾਹਿਬ, ਬਾਬਾ ਜੀ ਦੀਆਂ ਸਾਰੀਆਂ ਸੰਗਤਾਂ ਨੂੰ, ਉਹਦੇ ਸੇਵਾਦਾਰਾਂ ਨੂੰ, ਉਹਦੇ ਢੋਲੀਆਂ ਨੂੰ, ਜਿੰਨੇ ਦੁਕਾਨਦਾਰਾਂ ਨੂੰ, ਮੇਰੇ ਵੱਲੋਂ ਦਲਵਿੰਦਰ ਦਿਆਲਪੁਰੀ ਵੱਲੋਂ ਬਹੁਤ ਬਹੁਤ ਵਧਾਈ ਹੋਵੇ। ਇਨਸ਼ਾਅੱਲਾ ਇਹ ਅਰਦਾਸ ਕਰਿਓ ਕਿ ਐਰਕੀ ਬਾਬਾ ਰੁਲੀਆ ਸ਼ਾਹ ਦੇ ਦਰਬਾਰ 'ਤੇ ਕਿ ਅਗਲੇ ਸਾਲ ਆਪਾਂ ਸਾਰੇ ਇਕੱਠੇ ਹੋਈਏ, ਮੇਲਾ ਬਣਾਈਏ, ਅਤੇ ਫਿਰ ਧਮਾਲਾ ਪਾਈਏ, ਫਿਰ ਹਨੇਰੀਆਂ ਲੈ ਕੇ ਆਈਏ। ਫਕਰ ਆਪਣੀ ਮੌਜ ਵਿੱਚ ਆਏ ਜਦੋਂ, ਉਦੋਂ ਰੁੱਖ ਹਵਾਵਾਂ ਦੇ ਮੋੜ ਦਿੰਦਾ, ਉਹ ਜਿਹਨੂੰ ਤਾਰ ਨਾ ਹੋਵੇ ਉਹਨੂੰ ਤਾਰ ਦਿੰਦਾ, ਜਿਹਨੂੰ ਰੋੜ ਨਾ ਹੋਵੇ ਉਹਨੂੰ ਰੋੜ ਦਿੰਦਾ। ਆਪਣੀ ਰਹਿਮਤ ਦੀ ਮਾਰ ਦਾ ਸੱਟ ਐਸੀ, ਗਲਾ ਕੁਫਰ ਹੰਕਾਰ ਦਾ ਮਰੋੜ ਦਿੰਦਾ, ਉਹ ਜਾਂਸਾਂ ਵਾਲਿਆ ਟੁੱਟਾ ਕੱਚ ਨਹੀਂ ਜੁੜਦਾ, ਫਕਰ ਟੁੱਟੀ ਤਕਦੀਰ ਵੀ ਜੋੜ ਦਿੰਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਪੰਜਾਬੀ ਲੋਕ ਗਾਇਕ ਸੁਰਿੰਦਰ ਲਾਡੀ, ਅਤੇ ਮੇਰੇ ਵੱਲੋਂ ਬਾਬਾ ਰੁੜੀਆ ਸ਼ਾਹ ਜੀ ਦੇ ਦਰਬਾਰ 'ਤੇ ਲੱਖ ਲੱਖ ਪ੍ਰਣਾਮ, ਕੋਟ ਕੋਟ ਪ੍ਰਣਾਮ। ਹਰ ਵਾਰ ਇਸ ਮੇਲੇ 'ਤੇ ਹਾਜ਼ਰੀ ਭਰੀ ਦੀ ਹੈ, ਪਰ ਇਸ ਵਾਰ ਕਰੋਨਾ ਮਹਾਂਮਾਰੀ ਪੂਰੇ ਵਰਲਡ ਵਿੱਚ, ਪੂਰੇ ਸੰਸਾਰ ਵਿੱਚ ਬਹੁਤ ਕਹਿਰ ਮਚਾ ਰੱਖਿਆ ਇਸ ਮਹਾਂਮਾਰੀ ਨੇ, ਇਸ ਕਰਕੇ ਇਹ ਮੇਲਾ ਜਿਹੜਾ ਇਹਦੇ 'ਚ ਹਾਜ਼ਰੀ ਅਸੀਂ ਘਰਾਂ ਤੋਂ ਬੈਠ ਕੇ ਲਵਾ ਰਹੇ ਹਾਂ। ਜੈ ਮਾਤਾ ਦੀ, ਜੈ ਸਾਈਆਂ। ਦੋਸਤੋ, ਮੈਂ ਤੁਹਾਡਾ ਆਪਣਾ ਜਗਪਾਲ ਸੰਧੂ, ਅਤੇ ਸਾਈਂ ਰੁਲੀਆ ਸ਼ਾਹ ਦਰਬਾਰ, ਪਾਗਾਂ ਭਰਿਆ ਦਰਬਾਰ ਸਾਈਂ ਰੁਲੀਆ ਸ਼ਾਹ ਦਾ, ਉੱਥੋਂ ਦੀ ਸਾਰੀ ਹੀ ਸੰਗਤ ਦਾ, ਸਾਰੇ ਹੀ ਸੇਵਾਦਾਰਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ। ਪਰ ਇਸ ਵਾਰ ਜੋ ਕਿ ਮੇਲਾ ਜੋ ਕਿ 20-21 ਤਰੀਕ ਨੂੰ ਹੁੰਦਾ ਸੀ, ਇਸ ਵਾਰ ਕਰੋਨਾ ਦੇ ਕਹਿਰ ਕਰਕੇ ਮੇਲਾ ਨਹੀਂ ਹੋ ਰਿਹਾ, ਬਟ ਅਸੀਂ ਘਰੋ ਘਰ ਬੈਠ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਲਗਵਾਉਣੀ ਹੈ, ਔਰ ਅਰਦਾਸ ਕਰੀਏ ਅਸੀਂ ਸਾਰੇ ਰਲ ਕੇ ਸਾਈਂ ਰੁਲੀਆ ਸ਼ਾਹ ਦੇ ਚਰਨਾਂ ਵਿੱਚ ਕਿ ਦਾਤਾ ਇਸ ਬਿਮਾਰੀ ਨੂੰ ਦੂਰ ਕਰ, ਤਾਂ ਜੋ ਕਿ ਆਉਂਦੇ ਸਾਲ ਅਸੀਂ ਇਹ ਮੇਲਾ ਖੁਸ਼ੀਆਂ ਦੇ ਨਾਲ, ਚਾਵਾਂ ਦੇ ਨਾਲ ਮਨਾਈਏ ਔਰ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਭਰੀਏ। ਸੋ ਇਸ ਵਾਰ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਘਰੋ ਘਰ ਬੈਠ ਕੇ 20-21 ਤਰੀਕ ਨੂੰ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਭਰੋ, ਘਰੋ ਘਰ ਬੈਠ ਕੇ ਹਾਜ਼ਰੀਆਂ ਲਗਵਾਓ। ਸੋ ਇੰਨਾ ਕਹਿੰਦਾ ਹੋਇਆ, ਜੈ ਸਾਈਆਂ ਦੀ, ਜੈ ਮਸਤਾਂ ਦੀ।
सत श्री अकाल दोस्तों, मैं थोड़ा अपना रणजीत मणि, जय मस्तान की, जय पीर की। धन धन बाबा रुलिया शाह जी के पाक पवित्र मुकदस दरबार के हर साल 20-21 जून बड़ी धूमधाम के मेला होंगे, पर इस बार नामराद बीमारी करोना की वजह करके मेला नहीं हो रहा। साढ़े मुख सेवादार बाबा दीपा शाह जी वालों समूह संगत के चरणों में बेनती है कि इस बार माफ़ी चाहते हैं। अगली बार जो माहौल ठीक होंगे तो यह मेला फिर धूमधाम कराया जाएगा। एक बार फिर मुख सेवादार बाबा दीपा शाह जी का बहुत बहुत धन्यवाद मेरे वालों। सो फिर मिलेंगे, जिंदे रहो, खुश रहो, जय मस्तां दी, जय पीरां दी। सोचा खूबियों में बस माई पा गया।